ਅਗਲੇ ਸਾਲ ਆਏਗੀ ਫਿਲਮ ਓਏ ਭੋਲੇ ਓਏ ਦੀ ਟੀਮ ਇੱਕ ਵਾਰ ਫਿਰ ਤੋਂ ਤੇ ਇਸ ਵਾਰ ਕਰੇਗੀ ਖੂਬ ਇਲਤਾ। ਜਗਜੀਤ ਸੰਧੂ ਨੇ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਹੈ ਤੇ ਟਾਈਟਲ ਕਾਫੀ ਮਜ਼ੇਦਾਰ ਟਾਈਟਲ ਹੈ ਇਲਤੀ, ਤੇ ਇਲਤੀ ਨਹੀਂ ਮਹਾ ਇਲਤੀ ਹੋਏਗਾ। ਪੋਸਟਰ ਵੀ ਬਹੁਤ ਫਨੀ ਬਣਾਇਆ ਗਿਆ ਜਿਸ ਦੇ ਵਿੱਚ ਬਾਂਦਰਾ ਦੀ ਇਨਸਾਨ ਤੱਕ ਟ੍ਰਾਂਜੈਕਸ਼ਨ ਦਿਖਾਈ ਗਈ ਹੈ। ਖੈਰ ਇਹ ਤਾਂ ਇੱਕ ਪੋਸਟਰ ਹੈ, ਕਹਾਣੀ ਇਸ ਤੋਂ ਵੀ ਮਜ਼ੇਦਾਰ ਹੋਏਗੀ। ਜੋ ਕੁਝ ਅਸੀਂ ਓਏ ਭੋਲੇ ਓਏ ਦੇ ਵਿੱਚ ਦੇਖਿਆ ਤੇ ਜੋ ਐਕਸਪੈਕਟੇਸ਼ਨ ਸੀ ਉਸ ਤੋਂ ਵੱਧ ਕੇ ਹੀ ਫਿਲਮ ਬਣੀ ਸੀ, ਤੇ ਇਲਤੀ ਵੀ ਐਸੀ ਹੀ ਫਿਲਮ ਹੋਏਗੀ ਕਿਉਂਕਿ ਇਸ ਫਿਲਮ ਦੀ ਟੀਮ ਸੇਮ ਹੈ, ਅਦਾਕਾਰ ਸੇਮ ਹੈ, ਡਾਇਰੈਕਟਰ ਸੇਮ ਹੈ। ਜਗਜੀਤ ਸੰਧੂ ਇਲਤਾਕਾਰ ਦੋਹੇ ਨਜ਼ਰ ਆਉਣਗੇ ਤੇ ਇਲਤਾ ਕਰਾਉਣਗੇ ਵਰਿੰਦਰ ਰਾਮਗੜੀਆ, ਜਿਨ੍ਹਾਂ ਨੇ ਓਏ ਭੋਲੇ ਓਏ ਡਾਇਰੈਕਟ ਕੀਤੀ ਸੀ। ਇੱਕ ਯੰਗ ਤੇ ਐਨਰਜੈਟਿਕ ਡਾਇਰੈਕਟਰ ਜਿਹਦੇ ਕੋਲ ਬਹੁਤ ਚੰਗਾ ਵਿਜ਼ਨ ਹੈ। OTT ਪਲੇਟਫਾਰਮ ਉੱਤੇ ਵਰਿੰਦਰ ਰਾਮਗੜੀਆ ਵੱਲੋਂ ਇੱਕ ਫਿਲਮ ਡਾਇਰੈਕਟ ਕੀਤੀ ਗਈ ਸੀ ਜਿਸਦਾ ਟਾਈਟਲ ਸੀ ਫੁੱਲ ਮੂਨ, ਤੇ ਫਿਲਮ ਦੇ ਵਿੱਚ ਧੀਰਜ ਕੁਮਾਰ ਦਾ ਅਹਿਮ ਕਿਰਦਾਰ ਸੀ। ਉਸ ਫਿਲਮ ਨੂੰ ਵੀ ਲੋਕਾਂ ਨੇ ਪਸੰਦ ਕੀਤਾ, ਤੇ ਉਸ ਤੋਂ ਬਾਅਦ ਜਦ ਓਏ ਭੋਲੇ ਓਏ ਵਰਿੰਦਰ ਰਾਮਗੜੀਆ ਵੱਲੋਂ ਡਾਇਰੈਕਟ ਕੀਤੀ ਗਈ ਤੇ ਯਕੀਨ ਹੀ ਨਹੀਂ ਹੋਇਆ ਸੀ ਕਿ ਇੰਨਾ ਯੰਗ ਡਾਇਰੈਕਟਰ ਇੰਨੀ ਵਧੀਆ ਫਿਲਮ ਡਾਇਰੈਕਟ ਕਰ ਸਕਦਾ ਹੈ, ਤੇ ਉਸ ਤੋਂ ਵੀ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ ਜਗਜੀਤ ਸੰਧੂ ਨੇ, ਤੇ ਹੁਣ ਇਹੀ ਉਮੀਦ ਫਿਲਮ ਇਲਤੀ ਤੋਂ ਕੀਤੀ ਜਾਏਗੀ। ਇਸ ਫਿਲਮ ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾਏਗਾ ਤੇ ਇਸ ਸਾਲ ਇਸਦੀ ਸ਼ੂਟਿੰਗ ਸ਼ੁਰੂ ਕੀਤੀ ਜਾਏਗੀ। ਕੇਵੀ ਢਿੱਲੋਂ ਤੇ ਜਗਜੀਤ ਸੰਧੂ ਮਿਲ ਕੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਫਿਲਮ ਓਏ ਭੋਲੇ ਓਏ ਇਸ ਸਾਲ 16 ਫਰਵਰੀ ਨੂੰ ਰਿਲੀਜ਼ ਹੋਈ ਸੀ ਤੇ ਇਲਤੀ ਅਗਲੇ ਸਾਲ 14 ਫਰਵਰੀ ਨੂੰ ਰਿਲੀਜ਼ ਹੋਏਗੀ। ਲੱਗਦਾ ਹੈ ਕਿ ਵੈਲੈਂਟਾਈਨਸ ਵੀਕ ਦੇ ਨਾਲ ਜਗਜੀਤ ਸੰਧੂ ਦਾ ਖਾਸਾ ਕਨੈਕਸ਼ਨ ਹੈ ਜਿਸ ਕਰਕੇ ਉਸ ਤਰੀਕ ਦੇ ਨੇੜੇ ਤੇੜੇ ਆਪਣੀਆਂ ਫਿਲਮਾਂ ਨੂੰ ਰਿਲੀਜ਼ ਕਰਦੇ ਨੇ। ਜਗਜੀਤ ਸੰਧੂ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਕਾਫੀ ਮਾਨ ਵਧਾਇਆ, ਬਾਲੀਵੁੱਡ 'ਚ ਕੰਮ ਕੀਤਾ, OTT 'ਚ ਕੰਮ ਕੀਤਾ, ਹੁਣ ਪੰਜਾਬ ਦੇ ਵਿੱਚ ਵੱਖਰੇ ਕਨਸੈਪਟ ਦੀਆਂ ਫਿਲਮਾਂ ਉਹ ਲੈ ਕੇ ਆ ਰਹੇ ਨੇ, ਤੇ ਉਮੀਦ ਹੋਏਗੀ ਕਿ ਜਿਸ ਤਰੀਕੇ ਦੇ ਨਾਲ ਓਏ ਭੋਲੇ ਓਏ ਹਿੱਟ ਹੋਈ ਸੀ ਤੇ ਇੱਕ ਅੱਛੀ ਕਹਾਣੀ ਸੀ, ਉਸੇ ਤਰੀਕੇ ਦੇ ਨਾਲ ਇਹ ਟੀਮ ਫਿਲਮ ਇਲਤੀ ਨੂੰ ਬਣਾਏਗੀ। ਫਿਲਹਾਲ ਪੋਸਟਰ ਹੈ, ਬਾਕੀ ਇੱਕ ਹੀ ਕਰਕੇ ਪੱਤੇ ਖੁੱਲਣਗੇ ਕਿ ਇਸ ਫਿਲਮ ਦੇ ਵਿੱਚ ਹੋਰ ਕਿਹੜੇ ਕਿਹੜੇ ਕਿਰਦਾਰ ਨਜ਼ਰ ਆਉਣਗੇ ਤੇ ਜਗਜੀਤ ਸੰਧੂ ਦੇ ਓਪੋਜ਼ਿਟ ਕੌਣ ਹੋਏਗਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।